ਝੁੱਗੀ ਝੌਂਪੜੀ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਆ ਦੇਣ ਵਿੱਚ ਪਿਛਲੇ 10 ਸਾਲਾਂ ਤੋਂ ਜੁਟੀ ਹੋਈ ਐਨਜੀਓ ਨੋਬਲ ਫਾਊਂਡੇਸ਼ਨ ਵੱਲੋਂ ਆਪਣਾ ਸਾਲਾਨਾ ਸਮਾਰੋਹ ਦਾ ਆਯੋਜਨ ਪੰਜਾਬ ਕੇਸਰੀ ਸਮੂਹ ਦੇ ਮੁੱਖ ਸੰਪਾਦਕ ਪਦਮ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਭਵਨ ਵਿੱਚ ਕੀਤਾ ਗਿਆ, ਜਿਸ ਵਿੱਚ ਮੁੱਖ ਤੌਰ ਤੇ ਮਹਿਲਾ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਨੋਬਲ ਫਾਊਂਡੇਸ਼ਨ ਦੁਆਰਾ ਐਨੁਅਲ ਫੰਕਸ਼ਨ ਗੁਰੂ ਨਾਨਕ ਦੇ ਭਵਨ ਪਦਮ ਸ਼੍ਰੀ ਵਿਜੇ ਚੋਪੜਾ ਜੀ ਕੀ ਅਧਿਕਸ਼ਤਾ ਮੇਂ ਹੁਆ ਔਰ ਇਸਮੇਂ ਜੋ ਚੀਫ ਗੈਸਟ ਥੇ ਜੰਮੂ ਕਸ਼ਮੀਰ ਕੇ ਡਾਕਟਰ ਐਸ ਪੀ ਬੈਦ ਆਈ ਪੀ ਐਸ ਡਿਪਟੀ ਕਮਿਸ਼ਨਰ ਆਫ ਜਨਰਲ ਪੁਲਿਸ ਔਰ ਸ਼੍ਰੀ ਬਿਨੇ ਕੁਮਾਰ ਜਾ ਆਈ ਆਰ ਐਸ ਚੀਫ ਕਮਿਸ਼ਨਰ ਇਨਕਮ ਟੈਕਸ ਲੁਧਿਆਣਾ ਔਰ ਲੁਧਿਆਣਾ ਕੀ ਬਹੁਤ ਸਾਰੀ ਇੰਡਸਟਰੀਜ਼ ਕੇ ਹੀਰੋ ਸਾਈਕਲ ਏਵਨ ਸਾਈਕਲ ਗਰੁੱਪ ਕੇ ਮਾਲਕ ਥੇ। ਆਜ ਹਮਨੇ 6 ਸਟੇਟ ਸੇ 16 ਉਨ ਔਰਤੋਂ ਕੋ ਬੁਲਾਇਆ ਹੈ ਜਿਨ੍ਹੋਂਨੇ ਆਪਣੇ ਆਪਣੇ ਖੇਤਰ ਮੇਂ ਸਮਾਜ ਮੇਂ ਬਿਊਰੋਕ੍ਰੇਸੀ ਮੇਂ ਔਰ ਇੰਟਰਪ੍ਰ ਪਾਣੀ ਕੇ ਉਪਰ ਇਤਨਾ ਬੜਾ ਕਾਮ ਕੀਆ ਹੈ ਤੋ 6 ਸਟੇਟੋ ਮੇਂ ਆਕੇ ਉਨ ਔਰਤੋਂ ਨੇ ਹਮਾਰਾ ਨੋਬਲ ਫਾਊਂਡੇਸ਼ਨ ਕਾ ਮਾਨ ਬੜਾਇਆ। ਮੇਰੇ ਕੋ ਜੇ ਬਤਾਤੇ ਹੋਏ ਬੜਾ ਗਰਵ ਹੋ ਰਹਾ ਹੈ ਇਨ 16 ਔਰਤੋਂ ਮੇਂ ਸੇ ਜੋ ਹਮਨੇ ਏਕ ਸਿਲੈਕਸ਼ਨ ਕੀ ਹੈ ਇਹ ਥਰੂ ਮੀਡੀਆ ਕੀ ਹੈ। ਹਮ ਇਨਕੋ ਕਿਸੀ ਕੋ ਸਿਰਫ ਏਕ ਕੋ ਛੋੜ ਕੇ ਜੋ ਲੁਧਿਆਣਾ ਕੇ ਹੈ ਉਨਕੋ ਛੋੜ ਕੇ ਬਾਕੀ 15 ਕੋ ਆਜ ਹਮਨੇ ਪਹਿਲੀ ਵਾਰ ਦਰਸ਼ਨ ਕੀਏ ਹੈ ਉਨਕੇ ਤੋ ਹਮ ਉਨਕੋ ਧੰਨਵਾਦ ਕਰਤੇ ਹੈ ਕਿ ਨੋਬਲ ਫਾਊਂਡੇਸ਼ਨ ਕੇ ਉਪਰ ਉਨ੍ਹੋਂ ਨੇ ਇਤਨਾ ਵਿਸ਼ਵਾਸ ਕੀਆ। ਜੈਸੇ ਆਜ ਜੋ ਫੰਕਸ਼ਨ ਯਹਾਂ ਲੁਧਿਆਣਾ ਮੈਂ ਨੋਬਲ ਫਾਊਂਡੇਸ਼ਨ ਨੇ ਆਰਗੇਨਾਈਜ਼ ਕੀਆ, ਮੁਝੇ ਬਹੁਤ ਅੱਛਾ ਲਗਾ ਕਿ ਕਸ਼ਮੀਰ ਕੀ ਮਾਰ ਹਾਰਟ ਸੇ ਨਿਕਲ ਕਰ ਯਹਾਂ ਨੰਨੇ ਨੰਨੇ ਬੱਚੋਂ ਮੈਂ ਜੋ ਇਸ ਫੰਕਸ਼ਨ ਕੋ ਜਿਨ੍ਹੋਂ ਆਰਗੇਨਾਈਜ਼ ਕੀਆ ਇਤਨਾ ਬੜੀਆ ਨੋਬਲ ਫਾਊਂਡੇਸ਼ਨ ਨੇ ਇਸ ਕੋ ਆਰਗੇਨਾਈਜ਼ ਕੀਆ ਔਰ ਕਿਤਨਾ ਨੇਕ ਕਾਮ ਜੋ ਕਹਤੇ ਹੈ ਨਾਰਾਇਣ ਸੇਵਾ ਨਰ ਸੇਵਾ ਹੈ ਔਰ ਇਨ ਬੱਚੋਂ ਕੋ ਜਿਨਕੋ ਕੋਈ ਪੜ੍ਹਨੇ ਕਾ ਜ਼ਰੀਆ ਨਹੀਂ ਅਗਰ ਉਨਕੀ ਹਮ ਪੜ੍ਹਾਈ ਕਰ ਰਹੇ ਹੈ ਇਸੇ ਜ਼ਿਆਦਾ ਭਗਵਾਨ ਕੀ ਸੇਵਾ ਕੋਈ ਨਹੀਂ ਹੋ ਸਕਤੀ। ਇੱਕ ਨੋਬਲ ਕਾਜ਼ ਹੈ, ਹਮ ਸਭ ਕੋ ਇਸੇ ਜੋੜਨਾ ਚਾਹੀਏ।